ਮਾਂ ਬੰਗਲਾ ਮੁਖੀ ਧਾਮ ਗੁਲਮੋਹਰ ਸਿਟੀ ਨਜ਼ਦੀਕ ਮੰਮਾ ਪਿੰਡ ਚੌਂਕ ਚਾਲੰਦਰ ਵੀ ਮਾਂ ਬੰਗਲਾ ਮੁਖੀ ਜੀ ਕੇ ਨਿਯਮਿਤ ਸਪਤਾਹਿਕ ਦਿਵਯ ਹਵਨ ਯੱਗ ਕਾ ਆਯੋਜਨ ਕੀਆ ਗਿਆ। ਸਰਵ ਪ੍ਰਥਮ ਰਮਨੋ ਦੁਆਰਾ ਮੁੱਖ ਯਜਮਾਨ ਬੰਟੂ ਸਭਰਵਾਲ ਸੇ ਵਿਧੀਵਤ ਪੂਜਨ ਉਪਰੰਤ ਸ਼ੋਠੋਪਚਾਰ ਪੂਜਨ, ਪੰਚੋਪਚਾਰ ਪੂਜਨ, ਨਵਗ੍ਰਹਿ ਪੂਜਨ ਕਰਵਾ ਕਰ ਹਵਨ ਯੱਗ ਮੇ ਹੂਤੀਆਂ ਡਲਵਾਈ ਗਈ। ਤੋਂ ਹੀ ਸਿਤਮਾ ਬੰਗਲਾ ਮੁਖੀ ਧਾਮ ਕੇ ਪ੍ਰੇਰਕ ਪ੍ਰਵਕਤਾ ਨਵਜੀਤ ਭਾਤਵਾ ਜੀ ਨੇ ਦਿਵਯ ਹਵਨ ਯੱਗ ਪਰ ਉਪਸਥਿਤ ਭਕਤੋ ਕੋ ਸ਼੍ਰੀ ਗੁਰੂ ਨਾਨਕ ਦੇਵ ਜੀ ਕੇ ਪ੍ਰਕਾਸ਼ ਪਰਵ ਕੀ ਸ਼ੁਭਕਾਮਨਾਏ ਦੇਤੇ ਹੋਏ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦੀਏ ਗਏ ਉਪਦੇਸ਼ੋ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਕੋ ਸਮਝਨੇ ਔਰ ਅਪਣਾਨੇ ਕੀ ਜ਼ਰੂਰਤ ਪਰ ਉਹਨੇ ਧਿਆਨ ਦੇਣੇ ਕੇ ਲਈ ਕਿਹਾ। ਵਹੀਂ ਉਹਨਾਂ ਕਿਹਾ ਕਿ 23 ਨਵੰਬਰ ਕੋ ਸ਼੍ਰੀ ਕਾਲ ਭੈਰਵ ਜਯੰਤੀ ਪਰ ਵਿਸ਼ੇਸ਼ ਅਲੌਕਿਕ ਹਵਨ ਯੱਗ ਕਾ ਆਯੋਜਨ ਮੰਦਿਰ ਪਰਿਸਰ ਮੇ ਸਾਈਂ 6 ਵਜੇ ਸੇ ਪ੍ਰਭੂ ਇੱਛਾ ਤੱਕ ਕੀਆ ਜਾਏਗਾ। ਇਸ ਅਵਸਰ ਪਰ ਅਮਿਤ ਕੁਮਾਰ, ਸਰੋਜ ਵਾਲਾ, ਰੂਪਮ, ਸੁਨੀਤਾ, ਅੰਜੂ, ਗੁਰਵੀਰ, ਪ੍ਰੀਤੀ, ਬਲਦੀਪ ਸਿੰਘ ਸਹਿਤ ਭਾਰੀ ਸੰਖਿਆ ਵਿੱਚ ਭਕਤਜਨ ਉਪਸਥਿਤ ਰਹੇ। ਵਹੀਂ ਹਵਨ ਯੱਗ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਬੋਲ ਸਾਚੇ ਦਰਬਾਰ ਕੀ ਜੈ, ਮੈਂ ਮੇਰੀ ਸੱਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ। ਜੈ ਮਾਂ ਬਗਲਾ ਮੁਖੀ ਜੀ। ਅੱਜ ਮਾਂ ਬਗਲਾ ਮੁਖੀ ਧਾਮ ਜੋ ਕਿ ਗੁਲਮੋਹਰ ਸਿਟੀ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਜਲੰਧਰ 'ਚ ਸਥਿਤ ਪੰਜਾਬ 'ਚ ਮੰਦਿਰ ਹੈ ਔਰ ਮਹਾਮਾਈ ਦੀ ਬੜੀ ਹੀ ਕਿਰਪਾ ਹੈ ਔਰ ਬੜਾ ਹੀ ਮਿਹਰ ਭਰਿਆ ਆਸ਼ੀਰਵਾਦ ਹੈ। ਜਗਦੰਬਾ ਦੇ ਦਰਬਾਰ 'ਤੇ ਜਿਹੜਾ ਵੀ ਭਗਤ ਝੋਲੀ ਅੱਡ ਕੇ ਆਇਆ, ਮਹਾਮਾਈ ਨੇ ਉਹਦੀ ਮਨੋਕਾਮਨਾ ਜਿਹੜੀ ਮਨੋ ਇੱਛਾ ਹੈ ਉਹ ਪੂਰਨ ਕੀਤੀ ਹੈ ਔਰ ਸਾਡੀ ਇਹੀ ਦੇਵੀ ਦੇ ਚਰਣਾਂ 'ਚ ਫਰਿਆਦ ਹੈ ਜਗਦੰਬਾ ਦੇ ਮਾਂ, ਇੱਦਾਂ ਆਪਣੇ ਭਗਤਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੋ, ਸਰੀਰਕ ਨਿਰੋਗਤਾ ਦਿਓ, ਘਰ ਪਰਿਵਾਰ ਸੁੱਖ ਸ਼ਾਂਤੀ ਦਿਓ। ਵਿਸ਼ੇਸ਼ ਰੂਪ 'ਚ ਮੈਂ ਦੱਸਣਾ ਚਾਹੁੰਦਾ ਕਿ ਹਰ ਮਹੀਨੇ ਇੱਕ ਮਾਸਿਕ ਹਵਨ ਲਾਸਟ ਸੰਡੇ ਨੂੰ ਆਯੋਜਿਤ ਕੀਤਾ ਜਾਂਦਾ ਹੈ ਪਰ ਕੁਛ ਇੱਕ ਪਰਿਸਥਿਤੀਆਂ ਇੱਦਾਂ ਦੀਆਂ ਬਣ ਗਈਆਂ ਕਿ 23 ਤਰੀਕ ਨੂੰ ਸ਼੍ਰੀ ਕਾਲ ਭੈਰਵ ਜਯੰਤੀ ਮਹੋਤਸਵ ਹੈ, ਉਸ ਦਿਨ ਸਵੇਰ ਦਾ ਹਵਨ ਯੱਗੇ ਵੀ ਔਰ ਦੂਸਰੇ ਦਿਨ 24 ਤਰੀਕ ਰਵੀਵਾਰ ਦਾ ਹਵਨ ਯੱਗੇ ਵੀ, ਸ਼ਨੀਵਾਰ ਸ਼ਾਮ 6 ਵਜੇ ਤੋਂ ਮਹਾਮਾਈ ਦੀ ਕਿਰਪਾ ਦੇ ਨਾਲ ਆਯੋਜਿਤ ਕੀਤਾ ਜਾਏਗਾ ਮੰਦਿਰ ਦੇ ਅੰਦਰ। ਜਿਹੜਾ ਵੀ ਮਾਸਿਕ ਹਵਨ ਯੱਗ ਹੈ 24 ਤਰੀਕ ਵਾਲਾ ਉਹ ਵੀ 23 ਤਰੀਕ ਸ਼ਾਮ ਨੂੰ ਹੋਏਗਾ, 23 ਤਰੀਕ ਸਵੇਰ ਵਾਲਾ ਹਵਨ ਯੱਗ ਵੀ ਸ਼ਨੀਵਾਰ ਵਾਲਾ ਉਹ ਵੀ ਭਗਵਤੀ ਦੀ ਕਿਰਪਾ ਦੇ ਨਾਲ 23 ਤਰੀਕ ਸ਼ਾਮ ਨੂੰ ਹੀ ਆਯੋਜਿਤ ਕੀਤਾ ਜਾਏਗਾ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਭਗਵਤੀ ਦੀ ਕਿਰਪਾ ਦੇ ਨਾਲ ਇਹ ਜਿਹੜੇ ਆਯੋਜਨ ਆਯੋਜਿਤ ਕੀਤੇ ਜਾਂਦੇ ਹੈ। ਇਹ ਮੈਂ ਜਾਂ ਕੋਈ ਵੀ ਵਿਅਕਤੀ ਵਿਸ਼ੇਸ਼ ਨਹੀਂ ਹੈ, ਮਹਾਮਾਈ ਹੀ ਸਰਵੋਤਮ ਹੈ ਔਰ ਮਹਾਮਾਈ ਹੀ ਵਿਸ਼ੇਸ਼ ਹੈ। ਆਪ ਸਾਰੇ ਜਿਹੜੇ ਮਹਾਮਾਈ ਦੇ ਨਾਮ ਲਈ ਸੰਗਤ ਹੈ ਸਾਦਰ ਸਭ ਪਰਿਵਾਰ ਆਮੰਤ੍ਰਿਤ ਹੈ। 23 ਤਰੀਕ ਸ਼ਨੀਵਾਰ ਸ਼ਾਮ ਨੂੰ 6 ਵਜੇ ਮੰਦਿਰ 'ਚ ਪਹੁੰਚੋ। ਸਭ ਤੋਂ ਪਹਿਲਾਂ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦੇ ਨਿਮਿਤ ਹਵਨ ਹੋਏਗਾ, ਤਦੋਂ ਉਪਰੰਤ ਮਾਂ ਭਗਵਤੀ ਦਾ ਜਿਹੜਾ ਅਲੌਕਿਕ ਹਵਨ ਯੱਗ ਹੁੰਦਾ ਸੰਪੂਰਨ ਫਲਦਾਈ ਮਾਸਿਕ ਹਵਨ ਯੱਗ ਹੋਏਗਾ, ਉਸ ਤੋਂ ਉਪਰੰਤ ਸ਼੍ਰੀ ਭੈਰਵ ਜੀ ਕਾਲ ਭੈਰਵ ਜਯੰਤੀ ਦੇ ਮਹੋਤਸਵ ਦੇ ਉਤਸਵ ਦੇ ਉੱਤੇ ਦੀਪਦਾਨ ਔਰ ਉਹਦੇ ਨਾਲ ਸ਼੍ਰੀ ਕਾਲ ਭੈਰਵ ਜੀ ਦੇ ਨਿਮਿਤ ਮੰਤਰਮਾਲਾ ਜਾਪ ਔਰ ਹਵਨ ਯੱਗ 'ਚ ਆਹੁਤੀਆਂ ਲੱਗਣਗੀਆਂ। ਕਰਵੱਧ ਪ੍ਰਾਰਥਨਾ ਹੈ, ਇਹ ਤ੍ਰਿਵੇਣੀ ਇਕੱਠੀ ਹੋਈ ਹੈ, 3 ਸਮਾਗਮ 3 ਹਵਨ ਯੱਗ ਇੱਕੋ ਦਿਨ 23 ਤਰੀਕ ਨੂੰ ਆਯੋਜਿਤ ਹੋਣਗੇ। ਆਪ ਸਭੀ ਪਹੁੰਚੋ ਔਰ ਪਹੁੰਚ ਕੇ ਮਹਾਮਾਈ ਦੇ ਚਰਣਾਂ ਦੇ ਵਿੱਚ ਨਤਮਸਤਕ ਹੋਵੋ, ਮਹਾਮਾਈ ਦਾ ਆਸ਼ੀਰਵਾਦ ਲਓ ਔਰ ਇਹ 3 ਜਿਹੜੇ ਹਵਨ ਯੱਗ ਹੈ, ਸ਼ਨੀਵਾਰ ਸਵੇਰ ਦਾ ਔਰ ਸ਼੍ਰੀ ਕਾਲ ਭੈਰਵ ਜਯੰਤੀ ਦਾ ਔਰ
ਰਵੀਵਾਰ ਦਾ ਜਿਹੜਾ ਹਵਨ ਯੱਗ ਹੈ ਉਹ ਸਾਰੇ ਹੀ ਇੱਕ ਦਿਨ 23 ਤਰੀਕ ਸ਼ਨੀਵਾਰ ਸ਼ਾਮ ਨੂੰ ਆਯੋਜਿਤ ਹੋਣਗੇ ਇਕੱਠੇ ਹਵਨ ਯੱਗ। ਆਪ ਪਹੁੰਚੋ ਔਰ ਆ ਕੇ ਮਹਾਮਾਈ ਦੇ ਦਰਬਾਰ 'ਤੇ ਨਤਮਸਤਕ ਹੋ ਕੇ ਹਵਨ ਯੱਗ 'ਚ ਆਹੁਤੀਆਂ ਡਾਲੋ। ਇਸ ਤੋਂ ਉਪਰੰਤ ਇੱਕ ਵਿਸ਼ਾਲ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ। ਜ਼ਿਆਦਾ ਜਾਣਕਾਰੀ ਲਈ ਸਾਡੇ ਕਿਸੇ ਸੇਵਾਦਾਰ ਦੇ ਨਾਲ ਸੰਪਰਕ ਕਰੋ ਜਾਂ ਮੰਦਿਰ ਪਰਿਸਰ ਦੇ ਵਿੱਚ ਸੰਪਰਕ ਕਰ ਸਕਦੇ ਹਾਂ। ਜੈ ਮਾਂ ਬਗਲਾ ਮੁਖੀ ਜੀ, ਜੈ ਮਾਂ ਬਗਲਾ।